ਤੁਸੀਂ ਮਾਫ਼ੀਨਾਮਾ ਦੇ ਕੇ ਆਏ, ਤੁਸੀਂ ਉਸ ਵੇਲੇ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਣ ਦੀ ਗੱਲ ਕੀਤੀ, ਤੁਸੀਂ ਉਸ ਪੂਰੇ ਘਟਨਾਕ੍ਰਮ ਦਾ ਜ਼ਿਕਰ ਕੀਤਾ। ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਕਹਿ ਰਹੇ ਸੀ ਕਿ ਉਹ ਪੇਸ਼ ਹੋ ਕੇ ਮਾਫ਼ੀ ਮੰਗਣ, ਹੁਣ ਸਪਸ਼ਟੀਕਰਨ ਤਖ਼ਤ ਸਾਹਿਬ ਨੇ ਜਦੋਂ ਮੰਗਿਆ ਤਾਂ ਸੁਖਬੀਰ ਸਿੰਘ ਬਾਦਲ ਤਿਆਰ ਨੇ, ਉਹ ਕਹਿੰਦੇ ਨੇ ਕਿ ਮੈਂ ਕਿਉਂਕਿ ਸਿੱਖ ਹੈ ਧਰਮ ਹੈ ਤਾਂ ਜਾ ਕੇ ਪੇਸ਼ ਹੋਣਗੇ। ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿ ਕੇ ਜਥੇਦਾਰ ਸਾਹਿਬ ਦਾ ਜਿਹੜਾ ਇੱਕ ਸਪਸ਼ਟੀਕਰਨ ਮੰਗਣਾ ਔਰ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਉਹਦੇ ਤੇ ਅੱਗੋਂ ਟਵੀਟ ਕਰਕੇ ਕਹਿਣਾ ਕਿ ਮੈਂ ਨਿਮਾਣੇ ਸਿੱਖ ਵਜੋਂ ਪੇਸ਼ ਹੋਊਂਗਾ, ਇਹ ਚੰਗੀ ਗੱਲ ਹੈ, ਮਾੜੀ ਨਹੀਂ ਹੈ ਇਹਦੇ ਚ, ਕਿਉਂਕਿ ਸਾਡੇ ਤਖ਼ਤ ਸਾਹਿਬ ਦੀ ਜਿਹੜੀ ਮਰਜ਼ਾਦਾ ਹੈ ਉਹਨੂੰ ਕਿਤੇ ਨਾ ਕਿਤੇ ਮਰਜ਼ਾਦਾ ਨੂੰ ਬਹਾਲ ਰੱਖਣਾ ਜਿਹੜਾ ਹੈ ਉਹ ਸਾਡਾ ਸਾਰਿਆਂ ਦਾ ਹੀ ਫਰਜ਼ ਹੈ। ਤੇ ਸਾਡੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਸੀ ਕਿ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੀ ਵਿਧੀ ਵਿਧਾਨ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਉਹਨੂੰ ਦਰਕਿਨਾਰ ਕਰਕੇ ਤੇ ਇੱਕ ਸੰਗਤ ਰੂਪੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਮਾਫ਼ੀ ਭਾਵੇਂ ਮੰਗੀ ਹੈ, ਪਰ ਮਰਜ਼ਾਦਾ ਜਿਹੜੀ ਕਹਿੰਦੀ ਹੈ ਉਹ ਲਿਖਤੀ ਵਿਧੀ ਵਿਧਾਨ ਮੁਤਾਬਕ ਦੇਣਾ ਚਾਹੀਦਾ ਸੀ ਔਰ ਉਹਦੇ ਮੁਤਾਬਕ ਹੀ ਮੰਗਣੀ ਚਾਹੀਦੀ ਸੀ। ਉਸ ਪਾਸੇ ਨੂੰ ਗੱਲ ਤੁਰੀ ਹੈ, ਵੇਖਦੇ ਹਾਂ ਅੱਗੇ ਕੀ ਜਥੇਦਾਰ ਸਾਹਿਬਾਨ ਇਹਦੇ ਤੇ ਫੈਸਲਾ ਲੈਂਦੇ ਹੈ। ਅੱਜ ਇਕੱਲਾ ਸਾਡਾ ਹੀ ਨਹੀਂ, ਅੱਜ ਪੂਰੇ ਸਿੱਖ ਕੌਮ ਦੀਆਂ, ਵਰਲਡ ਚ ਕਿਤੇ ਵੀ ਕੋਈ ਸਿੱਖ ਬੈਠਾ ਹੈ ਤਾਂ ਉਹਨਾਂ ਦੀਆਂ ਨਿਗਾਹਾਂ ਜਥੇਦਾਰ ਸਾਹਿਬ ਤੇ ਲੱਗੀਆਂ ਹੋਈਆਂ। ਪਿਛਲੇ ਸਮੇਂ ਦੇ ਦੌਰਾਨ ਭਾਵੇਂ ਡੇਰਾ ਮਾਫ਼ੀ ਵੇਲੇ ਜੋ ਦੁਰਗਤ ਇਸ ਅਹੁਦੇ ਦੀ ਹੋਈ, ਜੋ ਇਸ ਸਥਾਨ ਦੀ ਹੋਈ, ਤਾਂ ਉਹਨੂੰ ਬਹਾਲੀ ਦੇ ਲਈ ਅੱਜ ਇੱਕ ਬੜਾ ਤੋਂ ਵੱਡਾ ਮੌਕਾ ਆਇਆ ਔਰ ਮੈਂ ਸਮਝਦਾ ਕਿ ਸਿੰਘ ਸਾਹਿਬ ਨੂੰ ਮੈਂ ਅਰਜ਼ੋਈ ਕਰੂੰਗਾ, ਬੇਨਤੀ ਕਰੂੰਗਾ ਗਲ ਚ ਪੱਲੂ ਪਾ ਕੇ ਜਿੱਥੇ ਅਸੀਂ ਮਾਫ਼ੀ ਮੰਗਣ ਗਏ ਹਾਂ, ਆਪਦੇ ਚੁੱਪ ਰਹਿਣ ਦੀ ਸਜ਼ਾ ਮੰਗੀ ਹੈ, ਤਾਂ ਉੱਥੇ ਮੈਂ ਇਹ ਅਰਜ਼ੋਈ ਬੇਨਤੀ ਜ਼ਰੂਰ ਕਰੂੰਗਾ। ਸਿੱਖ ਸੰਗਤਾਂ ਨੂੰ ਵੀ ਅਪੀਲ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਅੱਜ ਬੜਾ ਵੱਡਾ ਮੌਕਾ ਹੈ ਇਹ ਮਰਜ਼ਾਦਾ ਨੂੰ, ਜਿਹੜੀ ਤਖ਼ਤ ਸਾਹਿਬ ਦੀ ਮਰਜ਼ਾਦਾ ਉਹਨੂੰ ਬਹਾਲ ਕਰਨ ਦਾ। ਭਾਵੇਂ ਉਹਨਾਂ ਨੂੰ ਤਲਬ ਕਰ ਲਿਆ ਪਰ ਇਹ ਮੇਰੇ ਖਿਆਲ ਕੋਈ ਇਹਦੇ ਚ ਕੋਈ ਜਿਵੇਂ ਦੋ ਤੇ ਦੋ ਚਾਰ ਹੁੰਦੇ ਆ, ਇਹਦੇ ਚ ਕੋਈ ਦੋ ਰਾਏ ਹੈ ਹੀ ਨਹੀਂ ਕਿ ਡੇਰਾ ਮੁਖੀ ਨੂੰ ਮਾਫ਼ੀ ਕਿਉਂ ਦਿੱਤੀ ਤੇ ਕਿਉਂ ਕਿਹਨੇ ਦਵਾਈ, ਇਹਦੇ ਚ ਕੋਈ ਦੋ ਰਾਵਾਂ ਨਹੀਂ ਹੈ। ਤੁਹਾਨੂੰ ਲੱਗਦਾ ਹੈ ਕਿ ਹੁਣ ਜੇ ਸੁਖਬੀਰ ਸਿੰਘ ਬਾਦਲ ਉੱਥੇ ਪੇਸ਼ ਹੁੰਦੇ ਨੇ ਤਾਂ ਜੇ ਪੂਰੇ ਘਟਨਾਕ੍ਰਮ ਨੂੰ ਲੈ ਕੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਂਦਾ, ਹਾਲੇ ਉਹਨਾਂ ਦਾ ਪੱਖ ਵੀ ਲੈਣਾ, ਤੇ ਜੇ ਪਾਇਆ ਜਾਂਦਾ ਜੇ ਉਹਨਾਂ ਨੂੰ ਉਹ ਆਪਦਾ ਜਾ ਕੇ ਉੱਥੇ ਮਾਫ਼ੀਨਾਮਾ ਉਹ ਵੀ ਦਿੰਦੇ ਨੇ, ਸਵੀਕਾਰ ਕਰਦੇ ਨੇ, ਭੁੱਲਾਂ ਮੰਨਦੇ ਨੇ, ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਵਿਧੀ ਵਿਧਾਨ ਦੇ ਰਾਹੀਂ ਜੇ ਉਹ ਮਾਫ਼ੀ ਮੰਗ ਲੈਂਦੇ ਨੇ ਤਾਂ ਤੁਹਾਨੂੰ ਲੱਗਦਾ ਹੈ ਕਿ ਫਿਰ ਜਿਹੜੇ ਰਸਤੇ ਤੇ ਤੁਸੀਂ ਚੱਲੇ ਸੀ ਅਕਾਲੀ ਦਲ ਨੂੰ ਠੀਕ ਹਾਲਾਤਾਂ ਵਾਲੇ ਪਾਸੇ ਲਿਜਾਣ ਵਾਲੇ ਪਾਸੇ ਵਧਿਆ ਜਾਏਗਾ ਤੇ ਫਿਰ ਇਕੱਠੇ ਹੋ ਕੇ ਤੁਹਾਨੂੰ ਤੁਹਾਡੇ ਮਨ ਨੂੰ ਜਿਹੜੀ ਤੁਹਾਡੇ ਗਰੁੱਪ ਨੂੰ ਤਸੱਲੀ ਹੋਏਗੀ? ਦੇਖੋ ਮੇਰੀ ਇੱਕ ਬੇਨਤੀ ਹੈ, ਮੈਂ ਫਿਰ ਬੇਨਤੀ ਕਰਾਂ ਕਿ ਇਹਦੇ 'ਚ ਲਿਪਾ ਪੋਚੀ ਨਹੀਂ ਕੋਈ ਹੋਣੀ ਚਾਹੀਦੀ। ਹਾਲਾਂਕਿ ਮੈਂ ਨਿਮਾਣੇ ਸਿੱਖ ਦੇ ਤੌਰ ਤੇ ਮਾਫ਼ੀ ਮੰਗ ਲੈਣਾ, ਨਾ ਕੋਈ ਮੈਂ ਡਿਕਟੇਟ ਕਰ ਸਕਦਾ, ਨਾ ਮੈਂ ਕਿਸੇ ਨੂੰ ਕਹਿ ਸਕਦਾ, ਇਹ ਬੜੇ ਇੱਕ ਮਰਜ਼ਾਦਾ ਉੱਚੀ ਮਰਜ਼ਾਦਾ ਦਾ ਮਸਲਾ ਹੈ। ਪਰ ਅੱਜ ਸਿੰਘ ਸਾਹਿਬਾਨਾਂ ਦੇ ਹੱਥ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ ਜਿਹੜੀ ਹੈ ਉਹਨੂੰ ਕਿੰਨਾ ਬਹਾਲ ਰੱਖਣਾ ਇਹ ਉਹਨਾਂ ਦੇ ਹੱਥ 'ਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਚਾ ਕੇ ਜਿਹੜੇ ਅੱਜ ਦੇ ਸੇਵਾਦਾਰ ਹੈ ਉਹਨਾਂ ਦੇ ਹੱਥਾਂ 'ਚ ਰੱਖਣੀ ਹੈ ਕਿ ਨਹੀਂ ਰੱਖਣੀ, ਇਹ ਵੀ ਉਹਨਾਂ ਦੇ ਹੱਥ 'ਚ ਹੈ। ਸ਼੍ਰੋਮਣੀ ਅਕਾਲੀ ਦਲ ਬਚਾ ਕੇ ਰੱਖਣਾ ਹੈ ਕਿ ਨਹੀਂ ਰੱਖਣਾ, ਇਹ ਵੀ ਉਹਨਾਂ ਦੇ ਹੱਥਾਂ 'ਚ ਹੈ। ਇੱਕ ਗਲਤ ਫੈਸਲਾ ਜਿਵੇਂ ਡੇਰਾ ਮੁਖੀ ਨੂੰ ਮਾਫ਼ੀ ਵਾਲਾ ਗਲਤ ਫੈਸਲਾ ਸੀ ਤੇ ਸਾਨੂੰ ਕਿੱਥੋਂ ਲਿਆ ਕੇ ਕਿੱਥੇ ਖੜਾ ਕਰਤਾ, ਤੇ ਜੇ ਅੱਜ ਵੀ ਕਿਸੇ ਲਿਹਾਜ਼ਾਤਨ ਤੌਰ ਤੇ ਜਾਂ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਮੈਂ ਕਹਿ ਲਿਆ ਕਿ ਮਰਜ਼ਾਦਾ ਦੇ ਉਲਟ ਜਾਂ ਮਰਜ਼ਾਦਾ ਨੂੰ ਨਿਗਾਹ 'ਚ ਰੱਖ ਕੇ ਨਾ ਕੋਈ ਫੈਸਲਾ ਹੋਇਆ, ਸੰਗਤ ਨੇ ਪ੍ਰਵਾਨ ਨਾ ਕੀਤਾ, ਤਾਂ ਫਿਰ ਜਿਹੜੀ ਹੈ ਉਹ ਮਹਾਨਤਾ ਵੀ ਡਿੱਗੇਗੀ ਤੇ ਆਉਣ ਵਾਲੇ ਸਮੇਂ 'ਚ ਜਨਰਲ ਇਲੈਕਸ਼ਨ ਹੋਣੇ ਆ, SGPC ਵੀ ਕਿਸੇ ਹੋਰ ਹੱਥਾਂ 'ਚ ਹੋਏਗੀ, ਔਰ ਸ਼੍ਰੋਮਣੀ ਅਕਾਲੀ ਦਲ ਵੀ ਜਦੋਂ SGPC ਨਾ ਰਹੀ ਤੇ ਉਹਦਾ ਕੁਛ ਪਹਿਲਾਂ ਹੀ ਨਹੀਂ ਬਚਿਆ ਤੇ ਉਹ ਲੈਂਦਾ ਵੀ ਨਹੀਂ ਬਚਣਾ। ਔਰ ਨਵੀਂ ਜਿਹੜੀ ਜੇ ਸ਼੍ਰੋਮਣੀ ਕਮੇਟੀ ਆਉਂਦੀ ਹੈ ਜਿਹੜੀ ਕਿਸੇ ਹੋਰ ਹੱਥਾਂ 'ਚ ਹੋਊਗੀ ਤੇ ਫਿਰ ਉਹ ਜਥੇਦਾਰ ਸਾਹਿਬਾਨ ਵੀ
ਮੇਰਾ ਖਿਆਲ ਹੈ ਕਿ ਹਰ SGPC ਆਉਂਦੀ ਹੈ, ਆਪਦੇ ਫੈਸਲੇ ਕਰਦੀ ਹੈ। ਇਸ ਕਰਕੇ ਮੇਰੀ ਹੱਥ ਜੋੜ ਕੇ ਨਿਮਾਣੇ ਸਿੱਖ ਦੇ ਤਰ੍ਹਾਂ ਬੇਨਤੀ ਹੈ ਕਿ ਇਹ ਮਰਯਾਦਾ ਨੂੰ ਬਹਾਲ ਕਰਨ ਦੇ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬੜੇ ਵਾਰੀ ਐਸੇ ਫੈਸਲੇ ਲੈ ਕੇ ਪੰਥ ਨੂੰ ਵੀ ਇਕੱਠਾ ਕੀਤਾ। ਮੈਂ ਕਹਿਣਾ ਜਿਹੜੇ ਜਿਹੜੇ ਵੀ ਅਸੀਂ ਉੱਥੇ ਨਾਲ ਖੜੇ ਦਿਸਦੇ ਸੀ, ਸਾਨੂੰ ਕਿਸੇ ਨੂੰ ਕੁਛ ਨਾ ਦਿਓ ਯਾਰ, ਕੋਈ ਨਵੀਂ ਕਮੇਟੀ ਬਣਾ ਕੇ ਕੰਮ ਚਲਾ ਲਓ, ਕੋਈ 4-6 ਮਹੀਨੇ ਚਲਾ ਲਓ, ਉਸ ਤੋਂ ਬਾਅਦ ਫਿਰ ਕੁਦਰਤੀ ਹੁੰਦਾ ਕਿ ਦੇਖੋ ਜੇ ਪੁਰਾਣੇ ਸਮੇਂ ਦੀਆਂ ਜਿਨ੍ਹਾਂ ਜਿਨ੍ਹਾਂ ਨੇ ਵੀ ਸਜ਼ਾ ਭੁਗਤੀ ਹੈ, ਭਾਵੇਂ ਮਹਾਰਾਜਾ ਰਣਜੀਤ ਸਿੰਘ ਤੋਂ ਲਾ ਕੇ ਲਾ ਲਓ, ਜੇ ਸਾਡੇ ਸਾਹਮਣੇ ਵੱਡੀ ਉਦਾਹਰਣ ਥੋੜੇ ਸਮੇਂ ਪਹਿਲਾਂ ਦੀ ਹੈ ਤਾਂ ਬਰਨਾਲਾ ਸਾਹਿਬ ਦੀ ਲਾ ਲਓ, ਉਸ ਤੋਂ ਬਾਅਦ 2 ਵਾਰੀ ਗਵਰਨਰ ਰਹਿ ਗਏ, ਕੇਂਦਰੀ ਮੰਤਰੀ ਰਹਿ ਗਏ, ਮਤਲਬ ਕਿ ਪਰਮਾਤਮਾ ਪਦਵੀਆਂ ਬਖਸ਼ੇਗਾ ਯਾਰ, ਸਭ ਨੂੰ ਬਖਸ਼ੇਗਾ। ਜੇ ਸੁਖਬੀਰ ਸਿੰਘ ਬਾਦਲ ਉੱਥੇ ਜਾ ਕੇ ਆਪਦੀ ਭੁੱਲ ਮੰਨਦੇ ਨੇ, ਤੁਹਾਡੇ ਮੁਤਾਬਕ ਕਹਿਣ ਮੁਤਾਬਕ ਵੀ ਕਿ ਉਹਨਾਂ ਤੋਂ ਭੁੱਲ ਹੋਈ ਆ, ਜੇ ਉਹ ਉਹਨਾਂ ਨੂੰ ਲੱਗਦਾ ਕਿ ਹਾਂ ਹੋਈ ਆ, ਜੋ ਉੱਥੇ ਪਾਏ ਜਾਂਦੇ ਨੇ ਗੁਨੇਗਾਰ, ਤਾਂ ਜੇ ਇੱਥੇ ਤਖ਼ਤ ਸਾਹਿਬ ਤੇ ਉਹਨਾਂ ਨੂੰ ਮਾਫ਼ੀ ਮਿਲ ਜਾਂਦੀ ਆ, ਤਾਂ ਉਸ ਤੋਂ ਬਾਅਦ ਕੀ ਉਹ ਫਿਰ ਪ੍ਰਧਾਨਗੀ ਵਾਲੇ ਅਹੁਦੇ ਤੇ ਤੁਹਾਨੂੰ ਲੱਗਦਾ ਕਿ ਫਿਰ ਸਭ ਠੀਕ ਹੋ ਜਾਏਗਾ ਮਸਲੇ? ਤੁਹਾਨੂੰ ਲੱਗਦਾ ਅਕਾਲੀ ਦਲ ਦੀ ਜਿਹੜੀ ਹਾਲਤ ਤੁਸੀਂ ਕਹਿ ਰਹੇ ਹੋ ਖਰਾਬ ਹੋ ਰਹੀ ਆ, ਉਸ ਨੂੰ ਬਚਾਉਣ ਵਾਲੇ ਪਾਸੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਮਦਦ ਮਿਲੇਗੀ? ਤੁਹਾਨੂੰ ਲੱਗਦਾ ਕਿ ਫਿਰ ਸਭ ਠੀਕ ਹੋ ਜਾਏਗਾ, ਲੋਕ ਤੁਹਾਨੂੰ ਲੱਗਦਾ ਕਿ ਉਸ ਚੀਜ਼ ਨੂੰ ਫਿਰ ਮੰਨ ਲੈਣਗੇ? ਮੈਨੂੰ ਲੱਗਦਾ ਨਹੀਂ। ਪ੍ਰਧਾਨਗੀ ਇੱਕ ਵਾਰੀ ਉਹਨਾਂ ਨੂੰ ਵੱਡਾ ਦਿਲ ਕਰਕੇ ਭਾਵੇਂ ਆਪਦੀ ਪ੍ਰੈਜ਼ੀਡੀਅਮ ਬਣਾ ਦੇਣ, ਫਿਰ ਚਲੋ ਇੱਕ ਫਿਰ ਮਤਲਬ ਸਾਡੇ ਵਰਗਿਆਂ ਨੂੰ ਵੀ ਉਹ ਕਹਿਣ ਜੋਗਰੇ ਹੋ ਜਾਣਗੇ ਵੀ ਹੁਣ ਤੁਹਾਡੀ ਮੰਨ ਲਈ ਜਿਹੜੀ ਪਹਿਲਾਂ ਕਹੀ ਸੀ, ਭਾਵੇਂ ਅੱਜ ਉਹ ਮਾਨਤਾ ਵਾਲੀ ਗੱਲ ਨਹੀਂ ਰਹੀ ਕਿਉਂਕਿ ਧੜੇ ਬਰਾਬਰ ਦੇ ਹੀ 2 ਬਣ ਗਏ ਆ। ਤਾਂ ਇਸ ਕਰਕੇ ਇਹ ਪ੍ਰਧਾਨ ਸਾਹਿਬ ਨੂੰ ਮੇਰੀ ਅੱਜ ਵੀ ਬੇਨਤੀ ਹੈ ਕਿ ਇਹ ਤਿਆਗ ਕਰਨਾ ਚਾਹੀਦਾ। ਕੱਲ ਜਿਹੜਾ ਵਡਾਲਾ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਿਨ੍ਹਾਂ ਤੇ ਇਹ ਸਾਰਾ ਦਿਨ ਬੈਠ ਕੇ ਗਾਲਾਂ ਕੱਢਦੇ ਸੀ, ਉਹਨਾਂ ਦੇ ਬਹਾਨੇ ਨਾਲ ਹੀ ਗਾਲਾਂ ਕੱਢਦੇ ਸੀ ਨਾ, ਫਲਾਣੇ ਦਾ ਮੁੰਡਾ, ਫਲਾਣੇ ਦਾ ਫਲਾਣਾ, ਫਲਾਣਾ ਫਲਾਣਾ ਗਿਣੀ ਜਾਂਦੇ ਸਾਰਾ ਦਿਨ, ਤੇ ਇਹ ਪਿਰਤ ਕਿੱਥੋਂ ਪਈ ਹੈ? ਪਿਰਤ ਤਾਂ ਆਪਣੇ ਵੱਡੇ ਘਰ ਤੋਂ ਹੀ ਪਈ ਹੈ ਨਾ, ਮਤਲਬ 5-5 ਜੀ ਇੱਕ ਇੱਕ ਕੈਬਨਿਟ ਚ ਬੈਠੇ ਹੋਣਗੇ ਯਾਰ, ਤੇ ਫਿਰ ਦੂਜਿਆਂ ਦਾ ਵੀ ਜੀ ਕਰਦਾ ਵੀ ਸਾਡੇ ਵੀ ਖਰਬੂਜੇ ਦਾ ਰੰਗ ਉਹੋ ਜਿਹਾ ਹੀ ਹੋ ਜਾਏ ਜਿਹੋ ਜਿਹਾ ਉੱਪਰ ਲਿਆਂਦਾ। ਇਸ ਕਰਕੇ ਪਿਰਤਾਂ ਤਾਂ ਆਪਾਂ ਹੀ ਪਾਈਆਂ ਇਹ, ਉਹਨੂੰ ਤੋੜਨ ਲਈ ਝੂੰਦਾ ਕਮੇਟੀ ਦੀ ਰਿਪੋਰਟ ਆਈ, ਰਿਪੋਰਟ ਤੋਂ ਬਾਅਦ ਇੱਕ ਇਲੈਕਸ਼ਨ ਇੱਕ ਟਿਕਟ ਕਰਤਾ, ਤੇ ਉਹਦੇ ਤੇ ਸਾਰਿਆਂ ਨੇ ਫੁੱਲ ਚੜਾਏ, ਖੁਦ ਪ੍ਰਧਾਨ ਸਾਹਿਬ ਵੀ ਪਿੱਛੇ ਹਟੇ, ਤੇ ਕੋਈ ਹੋਰ ਜੇ ਦੂਜੀ ਲੜਨੀ ਚਾਹੁੰਦਾ ਤਾਂ ਉਹਨੂੰ ਤਾਂ ਕੁਦਰਤੀ ਪਿੱਛੇ ਹਟਣਾ ਪੈਣਾ ਸੀ। ਅੱਗੇ ਜਦੋਂ MLA ਦੀ ਆਏਗੀ ਉਦੋਂ ਵੀ ਇੱਕ ਪਰਿਵਾਰ ਇੱਕ ਟਿਕਟ ਹੋ ਜਾਏਗੀ, ਪਰ ਜਿਹੜੀ ਲੀਡਰਸ਼ਿਪ 'ਚ ਤਬਦੀਲੀ ਵਾਲਾ ਪਹਿਲਾ ਸ਼ਬਦ ਸੀਗਾ ਉਹ ਆਪਾਂ ਖਾ ਗਏ। ਉਹਨੂੰ ਮੰਨ ਲੈਣਾ ਚਾਹੀਦਾ, ਵੱਡਾ ਦਿਲ ਕਰਨਾ ਚਾਹੀਦਾ। ਦੇਖੋ ਉਹਦੇ 'ਚ ਚਰਨਜੀਤ ਹੋਵੇ ਨਾ ਹੋਵੇ, ਤੁਸੀਂ ਕੁਛ ਨਾ ਰੱਖੋ ਯਾਰ, ਮੈਂ ਪਾਰਟੀ 'ਚ ਕੋਈ ਬਣਾ ਰਵਾਂ ਨਾ ਰਵਾਂ, ਤੁਸੀਂ ਜੋ ਲੋਕਾਂ ਦੀਆਂ ਇੱਛਾਵਾਂ, 90 ਹਲਕੇ ਦੇ ਵਰਕਰਾਂ ਦੀ ਜਿਹੜੀ ਭਾਵਨਾ ਹੈ ਉਹਨੂੰ ਤਾਂ ਮੰਨ ਲਓ ਨਾ। ਮਤਲਬ ਜਿੰਨਾ ਚਿਰ ਤੁਸੀਂ ਵਰਕਰਾਂ ਦੀਆਂ ਭਾਵਨਾਵਾਂ ਨਹੀਂ ਮੰਨੋਗੇ, ਇਹ ਆਪਣੇ ਆਪ ਥਾਪੇ ਹੋਏ ਪ੍ਰਧਾਨ ਸਾਹਿਬਾਨ, ਆਪਣੇ ਆਪ ਬਣਾਏ ਹੋਏ ਅਹੁਦੇਦਾਰ ਸਾਹਿਬਾਨ, ਇਹ ਤਾਂ ਤੁਹਾਡੇ ਜਕਾਰੇ ਲਾ ਹੀ ਦੇਣਗੇ। ਸਵਾਲ ਤਾਂ ਇਸੇ ਕਰਕੇ ਹੈ ਕਿ ਸਗੋਂ ਦੀ ਜਦੋਂ ਮਤਲਬ ਇਹ ਇਹਨਾਂ ਦੇ ਇੱਛਾ ਦੇ ਮੁਤਾਬਕ ਫੈਸਲੇ ਨਹੀਂ ਹੋਣਗੇ ਤਾਂ ਇਕੱਠ 300 ਦਾ ਹੋ ਜਾਊਗਾ ਪਿੰਡ 'ਚ, ਤੇ ਵੋਟਾਂ ਜੇ ਪਹਿਲਾਂ 30 ਨਿਕਲਦੀਆਂ ਤੇ ਅਗਲੇ ਵਾਰੀ 20 ਨਿਕਲਣੀਆਂ, ਉਹਨਾਂ ਦਾ ਫਾਇਦਾ ਕੀ ਹੈ ਫਿਰ ਸਾਨੂੰ? ਇਸ ਕਰਕੇ ਮੇਰੀ ਤਾਂ ਅਰਜ਼ੋਈ ਹੈ, ਬੇਨਤੀ ਹੈ ਜਥੇਦਾਰ ਸਾਹਿਬ ਨੂੰ ਵੀ ਕਿ ਜੋ ਸਾਨੂੰ ਸਜ਼ਾ ਲਾਉਣਗੇ ਅਸੀਂ ਵੀ ਨਿਮਾਣੇ ਸਿੱਖ ਦੀ ਤਰ੍ਹਾਂ ਉਹਨੂੰ ਭੁਗਤਾਂਗੇ। ਤੇ ਪ੍ਰਧਾਨ ਸਾਹਿਬ ਨੂੰ ਮੇਰੀ ਤੁਹਾਡੇ ਰਾਹੀਂ ਇੱਕ ਵਾਰੀ ਫਿਰ ਅਪੀਲ ਹੈ ਕਿ ਝੂੰਦਾ ਕਮੇਟੀ ਦੀ ਰਿਪੋਰਟ ਤੇ ਗੌਰ ਕਰੋ, ਇਹ ਸਾਹਮਣੇ ਬੁਲਾ ਕੇ ਅੰਦਰ ਬੁਲਾ ਕੇ ਤਾਂ ਮੂੰਹ ਤੇ ਤਾਂ ਹਰੇਕ ਹੀ ਜਿੰਦਾਬਾਦ ਕਰੀ ਜਾਊਗਾ, ਪਰ ਜੇ ਲੋਕਾਂ ਨੇ ਜਿੰਦਾਬਾਦ ਜਿਹਦੇ ਕਰਕੇ ਹੋਣੀ ਹੈ, ਵੋਟਾਂ ਨਹੀਂ ਪੈਣੀਆਂ, ਤਾਂ ਫਿਰ ਉਹਦਾ ਕੀ ਇਲਾਜ ਹੋਏ?